Hi students I welcome you all at Gil's Mentor online e-learning channel ਤੁਹਾਡਾ ਸਾਰਿਆਂ ਦਾ ਮੈਂ ਵੈਲਕਮ ਕਰਦੀ ਹਾਂ ਜੀ Gil's Mentor ਦੇ ਚੈਨਲ ਦੇ ਉੱਤੇ ਜਿਦ ਤੱਕ ਤੁਸੀਂ ਜਾਣਦੇ ਹੋ ਅਸੀਂ ਕਿ ਆਪਣਾ ਪੰਜਾਬ ਪਟਵਾਰੀ 2020 ਦਾ ਕ੍ਰੈਸ਼ ਕੋਰਸ ਸ਼ੁਰੂ ਕਰ ਲਿਆ ਹੈਗਾ ਵੈ Gil's Mentor ਦੇ ਚੈਨਲ ਦੇ ਉੱਤੇ ਸਭ ਤੋਂ ਪਹਿਲੇ ਤੁਹਾਡੇ ਲਈ ਲੈ ਕੇ ਆਇਆ ਜਾ ਰਿਹਾ ਵੈ ਤੁਹਾਡਾ ਕੋਈ ਬਿਨਾ ਟਾਈਮ ਖਰਾਬ ਕੀਤੇ ਆਪਾਂ ਕੀ ਇਹ ਹੁਣ ਆਪਣਾ PSPCL ਦਾ ਐਗਜ਼ਾਮ ਹੋ ਚੁੱਕਾ ਹੋਇਆ ਵੈ ਇਸ ਲਈ ਸਾਨੂੰ ਕੀ ਹੈ ਪੰਜਾਬ ਪਟਵਾਰੀ ਵੱਲ ਫੋਕਸ ਕਰਨਾ ਸਟਾਰਟ ਕਰ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਹੀ ਜਲਦ ਕੀ ਹੈ ਇਹਦੀ ਨੋਟੀਫਿਕੇਸ਼ਨ ਆ ਜਾਏਗੀ ਤੇ ਜਿਸ ਦਿਨ ਇਹਦਾ ਫਾਰਮ ਦੀ ਨੋਟੀਫਿਕੇਸ਼ਨ ਆ ਗਈ ਨਾਲ ਹੀ ਆਪਾਂ ਉਮੀਦ ਕਰ ਸਕਦੇ ਹਾਂ 1 ਐਂਡ 1/2 ਮਨთ ਜਾਂ 2 ਮਨთਸ ਤੋਂ ਬਾਅਦ ਕੀ ਆਪਣਾ ਐਗਜ਼ਾਮ ਵੀ ਕੰਡਕਟ ਕਰਵਾ ਦਿੱਤਾ ਜਾਏਗਾ ਹੁਣ ਆਪਾਂ ਫਾਰਮ ਦੀ ਵੇਟ ਕਰਦੇ ਕਰਦੇ ਕੀ ਟਾਈਮ ਵੇਸਟ ਨਹੀਂ ਕਰਨਾ ਆਪਾਂ ਨੂੰ ਇਹਦੀ ਤਿਆਰੀ ਕੀ ਨਾਲ ਦੀ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ ਗਿਲਸ ਮੈਂਟਰ ਤੁਹਾਨੂੰ ਕੀ ਹੈ ਹਰ ਚੀਜ਼ ਕਵਰ ਕਰਵਾਏਗਾ ਜੀਕੇ ਦੇ ਵਿੱਚ ਮੈਥਸ ਵਿੱਚ ਐਗਰੀਕਲਚਰ ਵਿੱਚ ਹਰ ਚੀਜ਼ ਸਿਲੇਬਸ ਦੇ ਨਾਲ रिलेटेड ਤੇ ਅੱਜ ਤੇ ਆਪਾਂ ਲੈਕਚਰ ਸ਼ੁਰੂ ਕਰਦੇ ਹਾਂ ਹੁਣ ਹਾਂਜੀ ਅੱਜ ਆਪਾਂ ਕੀ ਡਿਸਕਸ ਕਰਾਂਗੇ ਟੈਂਪਲਸ ਤੇ ਕੁਝ ਉਹਨਾਂ ਦੀ ਇੰਪੋਰਟੈਂਸ ਸਟੇਟ ਕਿਉਂਕਿ ਇਹ ਟੌਪਿਕ ਵੀ ਕੀ ਹੈ ਆਪਣੇ ਆਉਣ ਵਾਲੇ ਕਿਸੇ ਵੀ ਐਗਜ਼ਾਮ ਲਈ ਨਾ ਕਿ ਸਿਰਫ ਪਟਵਾਰ ਲਈ ਹਰ ਐਗਜ਼ਾਮ ਲਈ ਕੀ ਇੰਪੋਰਟੈਂਟ ਹੈ ਲਾਸਟ ਲੈਕਚਰ ਵਿੱਚ ਅਸੀਂ ਨੈਸ਼ਨਲ ਪਾਰਕਸ ਨੂੰ ਡਿਸਕਸ ਕੀਤਾ ਸੀ 104 ਨੈਸ਼ਨਲ ਪਾਰਕਸ ਨੂੰ ਹੁਣ ਆਪਾਂ ਟੈਂਪਲਸ ਦੇ ਨਾਲ ਰਿਲੇਟਿਡ ਕੀ ਸਿਰਫ ਮੈਂ ਤੁਹਾਨੂੰ ਇੰਪੋਰਟੈਂਟ ਟੈਂਪਲਸ ਕਰਾਵਾਂਗੀ ਤੇ ਉਹਨਾਂ ਦੇ ਨਾਲ ਰਿਲੇਟਿਡ ਸਿਟੀਜ਼ ਤੇ ਅੱਜ ਦੇ ਕੁਐਸਚਨ ਨੂੰ ਸ਼ੁਰੂ ਕਰਦੇ ਹੈਗੇ ਆਂ ਤੇ ਲੈਕਚਰ ਤੱਕ ਐਂਡ ਤੱਕ ਤੁਸੀਂ ਕੀ ਬਨੇ ਰਹਿਣਾ ਵਾ ਕਿਉਂਕਿ ਐਂਡ ਵਿੱਚ ਕੀ ਆਪਾਂ ਕੁਐਸਚਨ ਆਨਸਰਸ ਨੂੰ ਵੀ ਡਿਸਕਸ ਕਰਾਂਗੇ ਤੇ ਉਹਦੇ ਨਾਲ ਨਾਲ ਤੁਹਾਨੂੰ ਮੈਂ ਪਿਛਲੇ ਨੈਸ਼ਨਲ ਪਾਰਕਸ ਦੀ ਰਿਵੀਜ਼ਨ ਵੀ ਕਰਾਵਾਂਗੇ ਪਹਿਲਾ ਟੈਂਪਲ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਵੈਸ਼ਨੂ ਦੇਵੀ ਟੈਂਪਲ ਕਿਹੜਾ ਟੈਂਪਲ ਹੈ ਵੈਸ਼ਨੂ ਦੇਵੀ ਟੈਂਪਲ ਕਿੱਥੇ ਹੈਗਾ ਵੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਹੁਣ ਆਪਣੀ ਕੀ ਬਣ ਚੁੱਕੀ ਹੋਈ ਹੈ ਯ ਨੇ ਹੁਣ ਆਪਣੇ ਕਿੰਨੇ 스테ਟਸ ਹੋ ਗਿਆ ਹੋਈਆਂ 28 스테ਟਸ ਐਂਡ 9 ਯੂਨੀਅਨ ਟੈਰੀਟਰੀਜ਼ ਹੁਣ ਵੈਸ਼ਨੂ ਦੇਵੀ ਟੈਂਪਲ ਕਿਹੜੀ ਕਿਨੂੰ ਡੈਡੀਕੇਟਿਡ ਐ ਡੈਡੀਕੇਟਿਡ ਟੂ ਡੈਡੀਕੇਟਿਡ ਟੂ ਸ਼ਕਤੀ ਮਾਤਾ ਠੀਕ ਐ ਜੀ ਕਈ ਵਾਰੀ ਕੀ ਆ ਜਾਂਦਾ ਕਿ ਕਿਹੜਾ ਟੈਂਪਲ ਕੀ ਐ ਕਿਸ ਚੀਜ਼ ਨੂੰ ਡੈਡੀਕੇਟਿਡ ਐ ਨੈਕਸਟ ਕੀ ਆ ਆਪਣੇ ਬਦਰੀਨਾ ਟੈਂਪਲ ਤੇ ਕੇਦਾਰਨਾ ਟੈਂਪਲ ਇਹ ਦੋਨੋਂ ਟੈਂਪਲ ਕਿੱਥੇ ਨੇ ਉਤਰਾਖੰਡ ਦੇ ਵਿੱਚ ਬਦਰੀਨਾ ਟੈਂਪਲ ਤੇ ਕਿਦਾਰਨਾ ਟੈਂਪਲ ਕਿੱਥੇ ਹੈ ਦੋਨੋਂ ਉਤਰਾਖੰਡ ਦੇ ਵਿੱਚ ਆਈ ਥਿੰਕ ਬਦਰੀਨਾ ਟੈਂਪਲ ਕਿ ਤੁਹਾਨੂੰ ਜੋ 3rd ਤੇ ਜਾਂ 4th ਨੂੰ ਕਿਸੇ ਸ਼ਿਫਟ ਵਿੱਚ ਇਗਜ਼ਾਮ ਵਿੱਚ ਪੁੱਛਿਆ ਗਿਆ ਸੀ ਬਦਰੀਨਾ ਟੈਂਪਲ ਕਿੱਥੇ ਹੈਗਾ ਠੀਕ ਹੈ ਨੈਕਸਟ ਆਪਣਾ ਕੀ ਹੈ 골ਡਨ ਟੈਂਪਲ ਕਿੱਥੇ ਹੈ ਅੰਮ੍ਰਿਤਸਰ ਪੰਜਾਬ ਵਿੱਚ ਹੁਣ ਇਹਦੇ ਵਿੱਚ ਤੁਸੀਂ ਕੱਲਾ ਪੰਜਾਬ ਨਹੀਂ ਆਖਣਾ ਤੁਸੀਂ ਅੰਮ੍ਰਿਤਸਰ ਦੀ ਯਾਦ ਰੱਖਣਾ ਠੀਕ ਹੈ ਕਿਉਂਕਿ ਆਪਸ਼ਨਸ ਵਿੱਚ 골ਡਨ ਟੈਂਪਲ ਅੰਮ੍ਰਿਤਸਰ ਪੰਜਾਬ ਲੁਧਿਆਣਾ ਪੰਜਾਬ ਜਲੰਧਰ ਪੰਜਾਬ ਇਸ ਤਰ੍ਹਾਂ ਵੀ ਆ ਜਾਂਦੇ ਨੇ ਕਲੀਅਰ ਨੈਕਸਟ ਆਪਣਾ ਕੀ ਹੈ ਮੁੱਖ ਕੇਂਦਸ਼ਵਰ ਟੈਂਪਲ ਕਿੱਥੇ ਹੈਗਾ ਵਾ ਹਰਿਆਣਾ ਦੇ ਵਿੱਚ ਉਸ ਤੋਂ ਬਾਅਦ ਹਰੀੰਬਾ ਦੇਵੀ ਟੈਂਪਲ ਕਿੱਥੇ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਇੱਧਰ ਟੈਂਪਲਸ ਤਾਂ ਬਹੁਤ ਸਾਰੇ ਨੇ ਪਰ ਆਪਾਂ ਕੀ ਕਰਨੇ ਸਿਰਫ ਇੰਪੋਰਟੈਂਟ ਟੈਂਪਲਸ ਜੋ ਕਿ ਤੁਹਾਡੇ ਪ੍ਰੀਵੀਅਸ ਐਗਜ਼ਾਮਸ ਵਿੱਚ ਜਾਂ ਕੁਝ ਇਹੋ ਜਿਹੇ ਟੈਂਪਲਸ ਜੋ ਕਿ ਕਾਫੀ ਨਿਊਜ਼ ਵਿੱਚ ਰਹਿੰਦੇ ਨੇ ਉਹਨਾਂ ਦੀ ਆਉਣ ਦੀ ਕੀ ਸੰਭਾਵਨਾ ਰਹਿੰਦੀ ਹੈ ਠੀਕ ਹੈ ਨੈਕਸਟ ਹੈ ਲక్ష్ਮੀ ਨਾਰਾਇਣ ਟੈਂਪਲ ਜਿਹਨੂੰ ਆਪਾਂ ਬਿਰਲਾ ਮੰਦਿਰ ਦੇ ਨਾਮ ਤੋਂ ਵੀ ਜਾਣਦੇ ਹਾਂ ਠੀਕ ਹੈ ਲక్ష్ਮੀ ਨਾਰਾਇਣ ਬਿਰਲਾ ਮੰਦਿਰ ਕਿੱਥੇ ਹੈਗਾ ਵੇ ਨਿਊ ਦਿੱਲੀ ਦੇ ਵਿੱਚ ਬਹੁਤ ਵਾਰੀ ਕੁਐਸਚਨ ਕਿ ਪੁੱਛਿਆ ਜਾਂਦਾ ਵਾ ਦਿਲਵਾਰਾ ਟੈਂਪਲ ਕਿੱਥੇ ਹੈ ਮਾਊਂਟ ਅਬੂ ਰਾਜਸਥਾਨ ਦੇ ਵਿੱਚ ਦਿਲਵਾਰਾ ਟੈਂਪਲ ਕਿੱਥੇ ਹੈ ਮਾਊਂਟ ਅਬੂ ਰਾਜਸਥਾਨ ਦੇ ਵਿੱਚ ਨੈਕਸਟ ਕੀ ਆਪਣਾ ਕਾਸ਼ੀ ਵਿਸ਼ਵਨਾਥ ਟੈਂਪਲ ਕਿਹੜਾ ਟੈਂਪਲ ਹੈ ਕਾਸ਼ੀ ਵਿਸ਼ਵਨਾਥ ਟੈਂਪਲ ਕਿੱਥੇ ਹੈ ਵਾਰਾਨਸੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਕਿਹ ਕਿਹੜੇ ਗੋਡ ਨੂੰ ਡੈਡੀਕੇਟਿਡ ਹੈ ਲੋਰਡ ਗਣੇਸ਼ਾ ਨੂੰ ਡੈਡੀਕੇਟਿਡ ਹੈ ਕਿੰਨੂੰ ਡੈਡੀਕੇਟਿਡ ਹੈ ਲੋਰਡ ਗਣੇਸ਼ਾ ਨੂੰ ਕਿਹ ਡੈਡੀਕੇਟਿਡ ਹੈ ਕਿੱਥੇ ਹੈ ਕਾਸ਼ੀ ਵਿਸ਼ਵਨਾਥ ਟੈਂਪਲ ਵਾਰਾਨਸੀ ਉੱਤਰ ਪ੍ਰਦੇਸ਼ ਦੇ ਵਿੱਚ ਨੈਕਸਟ ਕੇ ਸੁਆਮੀ ਨਾਰਾਇਣ ਅਕਾ ਕਾ ਦਰਸ਼ਨ ਟੈਂਪਲ ਕਿੱਥੇ ਹੈ ਦਿੱਲੀ ਦੇ ਵਿੱਚ ਸੁਆਮੀ ਨਾਰਾਇਣ ਅਕਾ ਦਰਸ਼ਨ ਟੈਂਪਲ ਕਿੱਥੇ ਹੈਗਾ ਵਾ ਦਿੱਲੀ ਦੇ ਵਿੱਚ ਨੈਕਸਟ ਮਹਾ ਬੋਧੀ ਟੈਂਪਲ ਮਹਾ ਬੋਧੀ ਟੈਂਪਲ ਕਿੱਥੇ ਹੈ ਬੋਧਗਯਾ ਬਿਹਾਰ ਦੇ ਵਿੱਚ ਮਹਾ ਬੋਧੀ ਟੈਂਪਲ ਕਿੱਥੇ ਹੈ ਬੋਧਗਯਾ ਬਿਹਾਰ ਦੇ ਵਿੱਚ ਦੇਖੋ ਹੁਣ ਐਨ ਮੈਂ ਨਾ ਕਵਾਂਗੀ ਤੁਹਾਨੂੰ ਮੈਂ ਐਵੇਂ ਨਹੀਂ ਕਵਾਂਗੀ ਤੁਸੀਂ ਰੱਟਾ ਮਾਰੋ ਨਾ ਮੈਂ ਕਵਾਂਗੀ ਕਿਸ ਟ੍ਰਿਕ ਨਾਲ ਯਾਦ ਕਰੋ ਮੈਂ ਸਿਰਫ ਤੁਹਾਨੂੰ ਇੰਨੀ ਹੀ ਸਲਾਹ ਦਵਾਂਗੀ विद रिवीजंस ठीक है जो कि मैं ਤੁਹਾਨੂੰ ਹਰ ਲੈਕਚਰ ਦੇ ਵਿੱਚ ਕਰਾਵਾਂਗੀ ਹਰ ਸਟੈਟਿਕ ਦੀ ਚੀਜ਼ ਤੁਹਾਨੂੰ ਬਾਈ ਹਾਰਟ ਕੀ ਹੈ ਤੁਹਾਡੇ ਇਗਜ਼ਾਮਸ ਆਨ ਤੱਕ ਕੋਈ ਵੀ ਇਗਜ਼ਾਮ ਆਨ ਤੱਕ ਤੁਹਾਨੂੰ ਯਾਦ ਹੋ ਜਾਏਗੀ ਆਪਾਂ ਕਿਉਂਕਿ ਰਿਵੀਜ਼ਨ ਵੀ ਨਾਲ ਨਾਲ ਕਰਾਂਗੇ ਸਿਰਫ ਤੁਹਾਡੀ ਡਿਊਟੀ ਕਿ ਵੀਡੀਓ ਲੈਕਚਰਸ ਨੂੰ ਹਜੇ ਸਿਰਫ ਦੇਖਣਾ ਗਿਲਜ਼ ਮੈਂਟਰ ਦੇ ਚੈਨਲ ਦੇ ਉੱਤੇ ਜਿੰਨੇ ਵੀ ਵੀਡੀਓਜ਼ ਲੈਕਚਰ ਨੇ ਕਿਉਂਕਿ ਹਰ ਲੈਕਚਰ ਵਿੱਚ ਤੁਹਾਨੂੰ ਰਿਵੀਜ਼ਨ ਵੀ ਮੈਂ ਖੁਦ ਹੀ ਕਰਵਾ ਦਵਾਂਗੀ ਤੁਹਾਡੇ ਤੇ ਕੋਈ ਇਨਾ ਬੋਝ ਨਹੀਂ ਆਏਗਾ ਸਿਰਫ ਤੁਸੀਂ ਵਿਦ ਵੀਡੀਓਜ਼ ਹੀ ਕੀ ਹੈ ਸਭ ਕੁਝ ਕਵਰ ਕਰ ਲੋਗੇ ਨੈਕਸਟ ਕੀ ਹੈ ਦੱਖਣ ਨਿਰਾਵਨ ਕਾਲੀ ਟੈਂਪਲ ਕਿੱਥੇ ਹੈ ਕੋਲਕਾਤਾ ਦੇ ਵਿੱਚ ਨੈਕਸਟ ਜਗਨਨਾਥ ਟੈਂਪਲ ਵੈਰੀ ਇੰਪੋਰਟੈਂਟ ਜਗਨਨਾਥ ਟੈਂਪਲ ਵੈਰੀ ਵੈਰੀ ਇੰਪੋਰਟੈਂਟ ਕਿੱਥੇ ਹੈ ਪੂਰੀ ਓਡੀਸਾ ਦੇ ਵਿੱਚ ਕਿੱਥੇ ਹੈ ਪੂਰੀ ਓਡੀਸਾ ਦੇ ਵਿੱਚ ਤੇ ਕਿੰਨੂੰ ਡੈਡੀਕੇਟਡ ਹੈ ਜਗਨਨਾਥ ਕੋ ਨੂੰ ਠੀਕ ਹੈ ਜਗਨਨਾਥ ਯਾਤਰਾ ਵੀ ਹੁੰਦੀਆਂ ਨੇ ਠੀਕ ਹੈ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਕੀ ਹੈ ਕਨੇਰੀਆ ਮਹਾਦੇਵ ਟੈਂਪਲ ਕਿੱਥੇ ਹੈ ਮਧਿਆ ਪ੍ਰਦੇਸ਼ ਦੇ ਵਿੱਚ ਠੀਕ ਹੈ ਮਹਾਦੇਵ ਟੈਂਪਲ ਕਿੱਥੇ ਹੈ ਮਧਿਆ ਪ੍ਰਦੇਸ਼ ਦੇ ਵਿੱਚ ਤੇ ਜਿਹੜੇ ਮਹਾਦੇਵ ਟੈਂਪਲ ਆ ਨੰਦੇ ਰਹੇ ਕਿਦਾ ਪਾਟ ਕਿਦਾ ਵੈ ਖੁਜਾਰੋ ਟੈਂਪਲਸ ਦੇ ਠੀਕ ਹੈ ਇਹ ਕਿੱਥੇ ਆ ਜਾਂਦੇ ਨੇ ਆਪਣੇ ਮੱਧਿਆ ਪ੍ਰਦੇਸ਼ ਦੇ ਬਹੁਤ ਵਾਰੀ ਕੁਸ਼ਨ ਆਂਦਾ ਵੈ ਖੁਜਾਰੋ ਟੈਂਪਲਸ ਕਿੱਥੇ ਨੇ ਮੱਧਿਆ ਪ੍ਰਦੇਸ਼ ਦੇ ਵਿੱਚ ਨੈਕਸਟ ਆਪਣਾ ਸੋਮਨਾਥ ਟੈਂਪਲ ਵੈਰੀ ਇੰਪੋਰਟੈਂਟ ਹੁਣ ਸੋਮਨਾਥ ਟੈਂਪਲ ਕਿਉਂ ਹੈ ਕਿਉਂਕਿ ਇਹਦੇ ਤੇ 17 ਵਾਰ ਮੁਹੰਮਦ ਕਜ਼ਨਵੀ ਦੇ ਦੁਆਰਾ ਕਿ ਐਟੈਕ ਕੀਤਾ ਗਿਆ ਸੀ ਕਿੱਥੇ ਹੈ ਗੁਜਰਾਤ ਦੇ ਵਿੱਚ ਠੀਕ ਹੈ ਇਹਨੂੰ ਆਪਾਂ ਕੀ ਕਹਿੰਦੇ ਹ ਸ਼ੋਰਾਸ਼ਟ੍ਰੀਆ ਟੈਂਪਲ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਸਿੱਧੀ ਵਿਨਾਇਕ ਟੈਂਪਲ ਸਿੱਧੀ ਵਿਨਾਇਕ ਟੈਂਪਲ ਕਿਨੂੰ ਡੈਡੀਕੇਟਡ ਹੈ ਲੋਡ ਗਣੇਸ਼ਾ ਜੀ ਨੂੰ ਡੈਡੀਕੇਟਡ ਹੈ ਠੀਕ ਹੈ ਕਿੱਥੇ ਹੈਗਾ ਵੇ ਪ੍ਰਭਾ ਦੇਵੀ ਮੁੰਬਈ ਮਹਾਰਾਸ਼ਟra ਦੇ ਵਿੱਚ ਠੀਕ ਹੈ ਪ੍ਰਭਾ ਦੇਵੀ ਨਾਮ ਦੀ ਜਗ੍ਹਾ ਹੈ ਮੁੰਬਈ ਦੇ ਵਿੱਚ ਮਹਾਰਾਸ਼ਟra ਵਿੱਚ ਕੀ ਹੈ ਲੋਡ ਗਣੇਸ਼ਾ ਦਾ ਟੈਂਪਲ ਹੈ ਨੈਕਸਟ ਆਪਣਾ ਆ ਜਾਂਦਾ ਵੇ ਬਾਲਾਜੀ ਵੰਕਟੇਸ਼ਵਰਾ ਸੁਆਮੀ ਟੈਂਪਲ ਕਿਹੜਾ ਆ ਜਾਂਦਾ ਹੈ ਬਾਲਾਜੀ ਵੰਕਟੇਸ਼ਵਰਾ ਸੁਆਮੀ ਟੈਂਪਲ ਕਿਨੂੰ ਡੈਡੀਕੇਟਡ ਹੈ ਲੋਡ ਵੰਕਟੇਸ਼ਵਰਾ ਨੂੰ ਕਿੱਥੇ ਆਂਧਰਾ ਪ੍ਰਦੇਸ਼ ਦੇ ਵਿੱਚ ਵੈਰੀ ਇੰਪੋਰਟੈਂਟ ਠੀਕ ਹੈ ਬਾਲਾਜੀ ਵੰਕਟੇਸ਼ਵਰ ਸੁਆਮੀ ਟੈਂਪਲ ਉਸ ਤੋਂ ਬਾਅਦ ਆਪਣਾ ਆ ਜਾਂਦਾ ਲੋਡ ਲੋਡ ਕਾਲਾਬਰੀ ਕਲੀਬਰੀ ਵਾਰਾ ਇੱਥੇ ਨਾ ਪੂਰਾ ਐਵੇਂ ਆਣਾ ਪ੍ਰੀਵਾਰਾ ਠੀਕ ਹੈ ਕਾਲੀਬਰੀ ਵਾਰਾ ਟੈਂਪਲ ਕਿੱਥੇ ਕਰਨਾਟਕਾ ਦੇ ਵਿੱਚ ਕਿੱਥੇ ਹੈਗਾ ਕਰਨਾਟਕਾ ਦੇ ਵਿੱਚ ਨੈਕਸਟ ਸਾਈ ਧਰਮ ਸਥਾਲਾ ਮੰਜੂਨਥੀਸ਼ਵਰਾ ਟੈਂਪਲ ਕਿੱਥੇ ਕਰਨਾਟਕਾ ਦੇ ਵਿੱਚ ਹੈਗਾ ठीक है नैक्सट मुहे रिपीटिड है अपना नैक्स मुहरेश्वरा टैंपल कित है करनाटकासा टेंपल कित है एवं करनाटकाश्वरा बहुबली टैंपल कर्नाटका है बहुत सारे टैंपल्स ने गुमतेश्वरा बहुबली टैंपल वेरी वेरी इंपोर्टेंट ठीक है एग्जाम पूछया जाता है क्लीयर हो गया अगे विए नैक्सट टेंपल वाल नटराज टैंपल नैक्सट की अपना ਨੈਕਸਟ ਟੈਂਪਲ ਹੈ ਨਟਰਾਜ ਟੈਂਪਲ ਜੋ ਕਿ ਕੇਰਲ ਕੋਡ ਨੂੰ ਡੈਡੀਕੇਟਡ ਹੈ ਲੋਸ਼ਿਵਾਨ ਨੂੰ ਡੈਡੀਕੇਟਡ ਹੈ ਇਹ ਨਟਰਾਜ ਟੈਂਪਲ ਕਿੱਥੇ ਹੈ ਆਪਣਾ ਤਮਿਲਨਾਡੂ ਦੇ ਵਿੱਚ ਉਸ ਤੋਂ ਬਾਅਦ ਆਪਣੇ ਹੈਗਾ ਬ੍ਰਿੰਦੇਸ਼ਵਰਾ ਟੈਂਪਲ ਕਿੱਥੇ ਹੈ ਤੰਜਵਰ ਤਮਿਲਨਾਡੂ ਦੇ ਵਿੱਚ ਠੀਕ ਹੈ ਆਪਾਂ ਨੂੰ ਇਗਜ਼ਾਮ ਵਿੱਚ ਆਇਆ ਸੀਗਾ 31st ਦਸੰਬਰ ਵਾਲੇ ਇਗਜ਼ਾਮ ਵਿੱਚ ਫ੍ਰਿਤਮ ਸੁਆਮੀ ਟੈਂਪਲ ਕਰਕੇ ਐਸੀ ਜੋ ਕਿ ਕੇਰਲਾ ਦੇ ਅੰਦਰ ਸੀ ਉਹਦੇ ਵਿੱਚ ਕੀ ਹੈ ਇਹ ਆਪਸ਼ਨ ਵਿੱਚ ਸੀਗਾ ਆਪਣਾ ਠੀਕ ਹੈ ਕੇਰਲਾ ਟੈਂਪਲ ਇੱਥੇ बृद्ेश्वरा टैंपल नैक्स की अपना जम जम्बेस्कर टेंपल कित है अपना तमिलनाडु बाद की अपना रंगा स्वामी टेंपल रंगा नाथ रंगा नाथ स्वामी टेंपल कित अपना तमिलनाडु कि डेडिकेटिड है लॉर्ड शिवा डैडीकेटिड है ठीक है नैक्सट उसके बाद अपना नैक्सट टैंपल है एकम ब्रह्मेश्वरम टेंपल जो कि अपना कितने है कांचीपुरम तमिलनाडु कितने अपना कांचीपुरम तमिलनाडु ਦੋਨੋ ਟੈਂਪਲਸ ਕਿਨੇ ਬਹੁਤ ਹੀ ਜ਼ਿਆਦਾ ਕੀ ਇੰਪੋਰਟੈਂਟ ਨੇ ਨੈਕਸਟ ਵੈਰੀ ਇੰਪੋਰਟੈਂਟ ਟੈਂਪਲ ਸ੍ਰੀ ਪੂਰਮ 골ਡਨ ਟੈਂਪਲ ਦੇਖੋ ਸ੍ਰੀ ਪੂਰਮ ਇੱਕ ਤਾਂ ਆਪਣਾ ਹੈਗਾ 골ਡਨ ਟੈਂਪਲ ਜੋ ਕਿ ਕਿੱਥੇ ਹੈ ਅੰਮ੍ਰਿਤਸਰ ਪੰਜਾਬ ਵਿੱਚ ਇੱਕ ਹੈ ਆਪਣਾ ਸ੍ਰੀ ਪੂਰਮ 골ਡਨ ਟੈਂਪਲ ਕਿੱਥੇ ਹੈ ਵਿਲੋਰ ਤਾਮਿਲਨਾਡੂ ਵਿੱਚ ਕਿੰ ਨੂੰ ਡੈਡੀਕੇਟਿਡ ਹੈ ਲੋਰਡ ਸ਼ਿਵਾ ਨੂੰ ਡੈਡੀਕੇਟਿਡ ਹੈ ਕਿੰ ਨੂੰ ਡੈਡੀਕੇਟਿਡ ਹੈ ਲੋਰਡ ਸ਼ਿਵਾ ਨੂੰ ਕਰੈਕਟ ਨੈਕਸਟ ਆਪਣਾ ਕੀ ਹੈ ਏ ਐਵਰ ਟੈਂਪਲ ਸੀਗਾ दैट इज पद्मुਨ ਸੁਆਮੀ ਟੈਂਪਲ ਕਿੱਥੇ ਹੈ ਕੇਰਲਾ ਦੇ ਵਿੱਚ ਕਿੱਥੇ ਹੈਗਾ ਵਾ ਕੇਰਲਾ ਦੇ ਵਿੱਚ ਤਿਰਵੰਥਮਪੁਰਮ ਕੇਰਲਾ ਦੇ ਵਿੱਚ ਐਗਜ਼ੈਕਟ ਲੋਕੇਸ਼ਨ 아이 ਸੀ ਕੱਲਾ ਕੇਰਲਾ ਨਹੀਂ ਸੀ ਅੱਗੇ ਕੀ ਹੈ ਉਹਦੀ ਅੱਗੇ ਵੀ ਪੁੱਛਿਆ ਸੀ ਕੇਰਲਾ ਦੇ ਵਿੱਚ ਉਹ ਕਿੱਥੇ ਹੈ ਠੀਕ ਹੈ ਤੇ ਇਹ ਟੈਂਪਲ ਨੂੰ ਪੁੱਛਿਆ ਜਾਂਦਾ ਕਿ ਕੀ ਕਾਰਨ ਸੀ ਕਿਉਂਕਿ ਇਟ ਇਜ਼ ਰਿਚੈਸਟ ਟੈਂਪਲ ਆਫ ਦ ਵਰਲਡ ਮਤਲਬ ਕੀ ਇਹ ਰਿਚੈਸਟ ਟੈਂਪਲ ਇੱਥੇ ਕੀ ਬਹੁਤ ਹੀ ਜ਼ਿਆਦਾ ਕੀ ਚੜਾਵਾ ਹੁੰਦਾ ਹੈ ਠੀਕ ਹੈ ਸਭ ਤੋਂ ਰਿਚੈਸਟ ਟੈਂਪਲ ਹੈ ਵਰਲਡ ਦਾ ਵਰਲਡ ਦਾ ਕੈਨ ਯੂ ਇਮੇਜਿਨ ਵਰਲਡ ਦਾ ਕਿ ਰਿਚੀਸ ਟੈਂਪਲ ਹੈ ਕੇਰਲਾ ਵਿੱਚ ਤਿਰਵੰਥੰਪੁਰਮ ਇਹ ਦਾ ਕਰੈਕਟ ਆਨਸਰ ਸੀ ਤਿਰਵੰਥੰਪੁਰਮ ਕੇਰਲਾ ਠੀਕ ਹੈ ਥੈਟ ਇਜ਼ ਪਦਮਨ ਸੁਆਮੀ ਟੈਂਪਲ ਆਪਾਂ ਨੂੰ ਐਗਜ਼ਾਮ ਵਿੱਚ ਪੁੱਛਿਆ ਜਾ ਚੁੱਕਾ ਹੋਇਆ ਆਲਰੇਡੀ ਹੈ ਨੈਕਸਟ ਸਬਰੀਮਾਲਾ ਟੈਂਪਲ ਸਭ ਨੂੰ ਪਤਾ ਕਿੱਥੇ ਹੈ ਕੇਰਲਾ ਵਿੱਚ ਸਬਰੀਮਾਲਾ ਟੈਂਪਲ ਦਾ ਕੇਸ ਵੀ ਸਭ ਨੂੰ ਪਤਾ ਹੈ ਨਾ ਕਿ ਊਮਨਸ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋਣਾ ਨੈਕਸਟ ਕੀ ਆਪਣਾ ਸੁਰਫਕੇਸ਼ਵਰ ਟੈਂਪਲ ਕਿਨੂੰ ਡੈਡੀਕੇਟਡ ਹੈ ਲੋਰਡ ਸ਼ਿਵਾ ਨੂੰ ਕਿੱਥੇ ਆਪਣਾ ਅਸਾਮ ਦੇ ਵਿੱਚ ਨੈਕਸਟ ਕੀ ਆਪਣਾ ਕਮਾਇਆ ਟੈਂਪਲ ਅਸਾਮ ਵਿੱਚ ਉਸ ਤੋਂ ਬਾਅਦ ਆਪਾਂ ਡਿਸਕਸ ਕਰਿਆ ਅੰਗੋਰ ਵਟ ਟੈਂਪਲ ਵੈਰੀ ਇੰਪੋਰਟੈਂਟ ਟੈਂਪਲ ਕਿੱਥੇ ਹੈ ਕੰਬੋਡੀਆ ਦੇ ਵਿੱਚ ਲਾਰਜੇਸਟ ਰਿਲੀਜੀਅਸ ਮੋਨੂਮੈਂਟ ਹੈ ਗਵੇ ਕਿ ਇਹ ਆਪਣਾ ਲਾਰਜੇਸਟ ਰਿਲੀਜੀਅਸ ਮੋਨੂਮੈਂਟ ਹੈ ਜੋ ਕਿ ਕਿਨੂ ਡੈਡੀਕੇਟਿਡ ਹੈ ਲੋਛੀਵਾਂ ਨੂੰ ਕਿੱਥੇ ਹੈ ਕੰਬੋਡੀਆ ਦੇ ਵਿੱਚ ਅੰਗੋਰ ਵਟ ਟੈਂਪਲ ਵੈਰੀ ਇੰਪੋਰਟੈਂਟ ਇਹ ਆਪਣੇ ਆਈਬੀ ਦੇ ਐਗਜ਼ਾਮ ਵਿੱਚ ਪੁੱਛਿਆ ਗਿਆ ਸੀ ਜੋ ਕਿ 2019 ਦੇ ਵਿੱਚ ਫ फेब्रुवारी ਦੇ ਵਿੱਚ ਹੋਇਆ ਸੀ ਐਗਜ਼ਾਮ ਨੈਕਸਟ ਸਪਨੇਗਾ ਵੇ ਪਸ਼ੂ ਪਸ਼ੂ ਪੀਨਾਥ ਟੈਂਪਲ ਕਿੱਥੇ ਹੈਗਾ ਵੇ ਨੇਪਾਲ ਦੇ ਵਿੱਚ ਮਿਨਾਕਸ਼ੀ ਅਮਨਨ ਟੈਂਪਲ ਮਧੁਰਾਈ ਤਾਮਿਲਨਾਡੂ ਵਿੱਚ ਤਿਰਜेंद्र ਮੁਰਗਨ ਮੁਰਗੁੰਨ ਟੈਂਪਲ ਕਿੱਥੇ ਹੈ ਤਾਮਿਲਨਾਡੂ ਵਿੱਚ ਦੇਖੋ ਮੁਰਗਨ ਤੋਂ ਆਪਾਂ ਕਨਫਿਊਜ਼ ਹੋ ਜਾਾਂਗੇ ਕਿ ਕਰਨਾਟਕਾ ਕੇਰਲਾ ਤਾਮਿਲਨਾਡੂ ਤੇ ਆਪਸ਼ਨ ਚ ਤਿੰਨ ਹੋਣਗੇ ਕਿੱਥੇ ਤਾਮਿਲਨਾਡੂ ਦੇ ਵਿੱਚ ਨੈਕਸਟ ਕੀ ਹੈ ਵੰਕਟੇਸ਼ਵਰ ਟੈਂਪਲ ਵੈਰੀ ਵੈਰੀ ਇੰਪੋਰਟੈਂਟ ਵੰਕਟੇਸ਼ਵਰ ਟੈਂਪਲ ਕਿੱਥੇ ਹੈਗਾ ਵੇ ਤ੍ਰਿਮਲਾ ਤ੍ਰਿਪਤੀ ਆਂਧਰਾ ਪ੍ਰਦੇਸ਼ ਦੇ ਵਿੱਚ ਪਦਮਨ ਸੁਆਮੀ ਟੈਂਪਲ ਪਿੱਛੇ ਮੈਂ ਤੁਹਾਨੂੰ ਦੱਸਿਆ ਕੇਰਲਾ ਦੇ ਵਿੱਚ ਕਿੱਥੇ ਤਿਰਵੰਥपुरम ਕੇਰਲਾ ਪਾ ਆਲਰੇਡੀ ਕੇ ਇਹਨੂੰ ਡਿਸਕਸ ਕਰ ਚੁੱਕੇ ਹਾਂ ਲਿੰਗਰਾਜ ਟੈਂਪਲ ਕਿੱਥੇ ਹੈ ਭੁਵਨੇਸ਼ਵਰ 오ਰੀਸਾ ਦੇ ਵਿੱਚ ਵੈਰੀ ਇੰਪੋਰਟੈਂਟ ਅਗੇ ਨੈਕਸਟ ਕੇਕ ਮਾਇਆ ਟੈਂਪਲ ਗੁਹਾਟੀ ਅਸਾਮ ਦੇ ਵਿੱਚ ਉਸ ਤੋਂ ਬਾਅਦ ਰਮੇਸ਼ਵਰਮ ਟੈਂਪਲ ਜਾਂ ਰਮਨਨਾਥੀਨ ਟੈਂਪਲ ਕਿੱਥੇ ਹੈ ਰਮੇਸ਼ਵਰਮ ਰਮਨਨਾਥਮ ਪੂਰਾ ਹੈਗਾ ਆਪਣਾ ਤਮਿਲਨਾਡੂ ਦੇ ਵਿੱਚ ਕਲੀਅਰ ਕਲਿਕਾ ਮਾਤਾ ਟੈਂਪਲ ਕਿੱਥੇ ਹੈ ਪਗਵਗਤ ਗੁਜਰਾਤ ਦੇ ਵਿੱਚ ਉਸ ਤੋਂ ਬਾਅਦ ਆਪਣਾ ਆਇੰਦਾ 1 2 ਕੁੰਨਨਥ ਟੈਂਪਲ दैट इज 3 ਸੂ ਕੇਰਲਾ ਦੇ ਵਿੱਚ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਕਿ ਲੈਕਚਰ ਬਹੁਤ ਬੋਰਿੰਗ ਲੱਗੇਗਾ ਕੋਈ ਕਿ ਆਪਾਂ ਕਿੱਦਾਂ ਯਾਦ ਰੱਖਣਾ ਹੈ ਕੁਐਸ਼ਨਸ ਨੂੰ ਸਾਨੂੰ ਕਿ ਇਹਨੂੰ ਯਾਦ ਰੱਖਣਾ ਕਿ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਲਰੇਡੀ ਤੁਹਾਨੂੰ ਕਿ 2 ਜਾਂ 3 ਟੈਂਪਲਸ ਤੁਹਾਡੇ ਐਗਜ਼ਾਮਸ ਵਿੱਚ ਪੁੱਛੇ ਜਾ ਚੁੱਕੇ ਹੋਏ ਨੇ ਪ੍ਰੀਵੀਅਸ ਈਅਰ ਪਲੱਸ ਆਪਾਂ ਇੰਪੋਰਟੈਂਟ ਟੈਂਪਲਸ ਡਿਸਕਸ ਕੀਤੇ ਨੇ ਵਿਦ ਰਿਵੀਜ਼ਨ ਦੇ ਨਾਲ ਕੀ ਹੈ ਤੁਹਾਨੂੰ ਹੋ ਜਾਣਗੇ بس ਤੁਸੀਂ ਕੀ ਇਹ ਭਰੋਸਾ ਰੱਖਣਾ ਤੇ ਆਪਣੀ ਕੰਸਿਸਟੈਂਸੀ ਨੂੰ ਮੇਨਟੇਨ ਰੱਖਣਾ ਵੈ ਉਸ ਤੋਂ ਬਾਅਦ ਆਪਣਾ ਜਦੋਂ ਤੁਸੀਂ ਕੁਐਸਚਨਸ ਕਰੋਗੇ ਤੁਹਾਨੂੰ ਖੁਦ ਲੱਗੇਗਾ ਕਿ ਕੁਝ ਕੁ ਸਾਡੇ ਮਾਈਂਡ ਵਿੱਚ ਕੀ ਹੈ ਚੀਜ਼ਾਂ ਬੈਠੀਆਂ ਹੋਈਆਂ ਨੇ ਉਸ ਤੋਂ ਬਾਅਦ ਕੀ ਆਪਣਾ ਗੁਰੂ ਫਯਾਰ ਟੈਂਪਲ ਕਿਹੜਾ ਟੈਂਪਲ ਆਉਂਦਾ ਵੈ ਗੁਰੂ ਗੁਰੂ ਫਯਾਰ ਟੈਂਪਲ ਜੋ ਕਿ ਕਿੱਥੇ ਹੈ ਕੇਰਲਾ ਦੇ ਵਿੱਚ ਅਮਕੇਸ਼ਵਰ ਟੈਂਪਲ ਕਿੱਥੇ ਹੈ ਮਧਿਆ ਪ੍ਰਦੇਸ਼ ਦੇ ਵਿੱਚ ਖਾਨਾ ਸਰਸਵਤੀ ਟੈਂਪਲ ਕਿੱਥੇ ਹੈ ਬਸਾਰ ਤੇਲੰਗਾਨਾ ਦੇ ਵਿੱਚ ਕਾਂਚੀ कांची ਕਲਿਸਥਨਾ ਟੈਂਪਲ ਕਿੱਥੇ ਹੈ ਕਾਜੀਪੁਰਮ ਤਾਮਿਲਨਾਡੂ ਦੇ ਵਿੱਚ ਕਾਂਜੀ ਤੋਂ ਯਾਦ ਰੱਖ ਲਓ ਕਾਂਜੀਪੁਰਮ ਨੈਕਸਟ ਕੀ ਆਪਣਾ ਮੋਰਗਨ ਗਣੇਸ਼ਾ ਟੈਂਪਲ ਕਿੱਥੇ ਹੈ ਪੂਨੇ ਮਹਾਰਾਸ਼ਟra ਵਿੱਚ ਯਮਨੋਤਰੀ ਟੈਂਪਲ ਉਤਕਰਸ਼ੀ ਉਤਰਾਖੰਡ ਦੇ ਵਿੱਚ ਵੈਰੀ ਇੰਪੋਰਟੈਂਟ ਠੀਕ ਹੈ ਯੋਗਮਾਇਆ ਟੈਂਪਲ ਕਿੱਥੇ ਹੈ ਮਹਰੋਲੀ ਨਿਊ ਦਿੱਲੀ ਦੇ ਵਿੱਚ ਹੈ ਗਵੇ ਨੈਕਸਟ ਆਪਾਂ ਟੈਂਪਲ ਨੂੰ ਡਿਸਕਸ ਕਰਨ ਜਾ ਰਹੇ ਹਾਂ ਦੂਸਰਾ ਫੇਰ ਤੋਂ ਕਾਂਜੀਪੁਰਮ ਦੇ ਵਿੱਚ ਪਹਿਲਾ ਤਾਂ ਆਪਾਂ ਕਰ ਲਿਆ ਕਾਂਜੀ ਕਲਿਸਥਨਾ ਟੈਂਪਲ ਉਸ ਤੋਂ ਬਾਅਦ ਕੀ ਆ ਜਾਂਦਾ ਹੈ ਉਲੰਗ ਉਲੰਗਤਾ ਪ੍ਰਿਯਮਲ ਟੈਂਪਲ ਕਿੱਥੇ ਹੈਗਾ ਵੇ ਕਾਂਚੀਪੁਰਮ ਤਾਮਿਲਨਾਡੂ ਦੇ ਵਿੱਚ ਸ਼੍ਰੀ ਸਵਾਮੀ ਨਾਰਾਇਣ ਮੰਦਿਰ ਕਿੱਥੇ ਹੈ ਬੁੱਧ ਗੁਜਰਾਤ ਦੇ ਵਿੱਚ ਵਰਗਲ ਸਰਸਵਤੀ ਟੈਂਪਲ ਕਿੱਥੇ ਹੈ ਤੇਲੰਗਾਨਾ ਦੇ ਵਿੱਚ ਧਾਰਾ ਦੇਵੀ ਟੈਂਪਲ ਕਿੱਥੇ ਹੈ ਉਤਰਾਖੰਡ ਦੇ ਵਿੱਚ ਉਤਰਾਖੰਡ ਵਿੱਚ ਹੋਰ ਕਿਹੜੇ ਕਿੱਥੇ ਬਦਰੀਨਾਥ ਕੇਦਾਰਨਾਥ ਕਿੱਥੇ ਨੇ ਉਤਰਾਖੰਡ ਦੇ ਵਿੱਚ ਤ੍ਰਿਮਕੇਸ਼ਵਰ ਟੈਂਪਲ ਵੈਰੀ ਇੰਪੋਰਟੈਂਟ ਕਿੱਥੇ ਹੈ 나ਸਿਕ ਮਹਾਰਾਸ਼ਟਰ ਦੇ ਵਿੱਚ उस तो बाद ब्रह्मेवरा टैंपल कित भुवनेश्वर उड़ीसा देख रामनाथ स्वामी टैंपल कित है तमिलनाडु कित कि जगह तमना रमनायथम पूरम के कलियर नैक्सट आप टन डिस्कस कर दे देक्सट टेंपल अपना के अनंतपुरा लेक टैंपल जो कि कित के है केरला केानीधाम टेंपल कितें दिल्ली देख काशी विश्वनाथ टैंपल किथे है वाराणसी उत्तर प्रदेश ई है ये आएगा ठीक है वाराणसी काशी विश्वनाथ टैंपल उसद कि आया वे भग जलम टेंपल किथे है तेलंगाना महाकालेश्वर टेंपल किथे है उज्जैन मध्य प्रदेश केेरी वेरी वेरी इंपॉर्टेंट टैंपल लोटस टेंपल है न्यू दिल्ली के सिद्धि विनायक ऑलरेडी डिस्कस कर चुके हुए ਕੋਨਾਰਕ ਸਨ ਟੈਂਪਲ ਕਿੱਥੇ ਹੈ ਕੋਨਾਰਕ 오ਡੀਸਾ ਦੇ ਵਿੱਚ ਥਿਸ ਇਸ ਆਲਸੋ ਵੈਰੀ ਇੰਪੋਰਟੈਂਟ ਟੈਂਪਲ ਸ਼ਾਨੀ ਸਿੰਗਾਪੁਰ ਟੈਂਪਲ ਕਿੱਥੇ ਹੈ ਅਮਦਾਗਰ ਅਮਦਨਗਰ ਮਹਾਰਾਸ਼ਟਰਾ ਦੇ ਵਿੱਚ ਖੁਜਾਰੋ ਟੈਂਪਲ ਸਭ ਨੂੰ ਪਤਾ ਹੈ ਮਧਿਆ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਸ਼ਿਧੀ ਸਾਈ ਬਾਬਾ ਮਹਾਰਾਸ਼ਟਰਾ ਦੇ ਵਿੱਚ ਦਵਾਰਕਾ ਦੇਸ਼ ਟੈਂਪਲ ਗੁਜਰਾਤ ਦੇ ਵਿੱਚ ਰਣਕਪੁਰ ਟੈਂਪਲ ਰਣਕਪੁਰ ਰਾਜਸਥਾਨ ਦੇ ਵਿੱਚ ਮਲਿਕਾ ਅਰਜਨ ਟੈਂਪਲ ਆਂਧਰਾ ਪ੍ਰਦੇਸ਼ ਵਿੱਚ ਸ਼੍ਰੀ मुंब मूंग अंबिका टैंपल कलूर करनाटका लास्ट भीम शंकर टैंपल कित है पुणे महाराष्ट्र के ठीक है जी देखो इस तो इलावा भी की है बहुत सारे टैंपल्स ने एक लास्ट टैंपल अपना रह गया है सरा वना बगेलिया टैंपल कित है करनाटका ठीक है इग्जाम की है नहीं आते इसलिए मैं पहले नहीं कराया हूँ इसत तो इलावा भी बहुत सारे टैंपल ने ਪਰ ਆਪਾਂ ਕੀ ਸਿਰਫ ਇੰਨੇ ਹੀ ਟੈਂਪਲਸ ਕਰ ਰਹੇ ਆ ਇਸ ਤੋਂ ਜ਼ਿਆਦਾ ਕੀ ਹੈ ਤੁਹਾਨੂੰ ਐਗਜ਼ਾਮ 'ਚ ਨਹੀਂ ਪੁੱਛਿਆ ਜਾਏਗਾ ਇਹ ਟੈਂਪਲਸ ਤੋਂ ਬਾਹਰ ਕੀ ਹੈ ਐਗਜ਼ਾਮ ਵਿੱਚ ਕੀ ਹੈ ਨਹੀਂ ਆਏਗਾ ਵੈਰੀ ਇੰਪੋਰਟੈਂਟ ਟੈਂਪਲਸ ਨੇ ਇਹਨਾਂ ਨੂੰ ਹੀ ਤੁਸੀਂ ਕਰ ਲਓ ਤੁਹਾਡੇ ਲਈ ਮੋਰ ਥੈਨ ਇਨਫ ਹੈ ਜਿੰਨੇ ਨੈਸ਼ਨਲ ਪਾਰਕਸ ਇਹ ਟੈਂਪਲਸ ਜਿੰਨੀ ਵੀ ਸਟੈਟਿਕ ਜੀਕੇ ਦਾ ਆਪਣਾ ਲੈਕਚਰਸ ਚੱਲਣਗੇ ਇੱਥੇ ਤੱਕ ਕਿ ਤੁਸੀਂ ਸਿਰਫ ਭਰੋਸਾ ਰੱਖ ਕੇ ਕੁਐਸਚਨਸ ਨੂੰ ਕਰਨਾ ਵੈ ਪਰ ਇੰਨਾ ਕਰਨਾ ਜ਼ਰੂਰੀ ਹੈ हूँ इन्े टैंपल्स तो किनिया ट्रिक्स याद कर लोगे गए ट्रिक्स के बजाय रविजन मैटर कर दी तो है कि है रविजन है अपने को लो बहुत टाइम है आप बहुत सही टाइम पर की है अपनी पटवारी की तैयारी शुरू कर चुके हुए आन तक सानू हर स्थैटिक का पार्ट की है साडे फिंगर टिप्स से उस तो इलावा आपको पोलिटी भी कवर करनी है आपको हिस्टरी भी कवर करनी है हूँ अपने जेडे पी एस पी सी एल द एग्जाम हो ठीक है 6 ਦਿਨਾਂ ਦੇ ਇਗਜ਼ਾਮ ਸੀ ਹਰ ਦਿਨ 2 2 ਸ਼ਿਫਟ ਸੀ ਤੇ ਹਰ ਇਗਜ਼ਾਮ ਦਾ ਪੈਟਰਨ ਕਿਸੇ ਡਿਫਰੈਂਟ ਜਦੋਂ ਇਗਜ਼ਾਮ ਸਟਾਰਟ ਹੋਇਆ ਸੀ 10 ਤੋਂ 12 ਕਰੰਟ ਅਫੇਅਰਸ ਆਏ ਸੀ ਉਸ ਤੋਂ ਬਾਅਦ ਆਪਣੀ ਕਰੰਟ ਅਫੇਅਰਸ ਦੀ ਕੀ ਹੈ ਕੱਟ ਦੇਗੀ ਤੇ ਸਟੈਟਿਕ ਦਾ ਪਾਠ ਕੀ ਹੈ ਵੱਧਾ ਗਿਆ ਕਲੀਅਰ ਹੋ ਰਹੀ ਹੈ ਨਾ ਹੁਣ ਇਗਜ਼ਾਮ ਵਿੱਚ ਤੁਸੀਂ ਐ ਨਹੀਂ ਕਹਿ ਸਕਦੇ ਕਿ ਸਾਨੂੰ ਇਹ ਹੀ ਆਏਗਾ ਜੀਕੇ ਇੱਕ ਬਹੁਤ ਹੀ ਵੱਡਾ ਤੇ ਵਾਸਟ ਚੀਜ਼ ਹੈ ਅਗਰ ਤੁਸੀਂ ਜੀਕੇ ਵਿੱਚ ਅੱਛਾ ਕਰਨਾ ਵੈ ਤੇ ਤੁਹਾਨੂੰ ਕੀ ਡੇਲੀ ਅਟ ਲੀਸਟ 20 ਮਿੰਟਸ ਤੱਕ ਇਹ ਤੁਸੀਂ ਲੈਕਚਰ ਦੇਖ ਲਓ ਕਦੀ ਕਦੀ 40 ਨੈਸ਼ਨਲ ਪਾਰਕਸ ਅਰਾਊਂਡ 40 ਮਿੰਟਸ ਤੱਕ ਗਿਆ ਸੀ ਠੀਕ ਹੈ ਮੈਂ ਕੋਸ਼ਿਸ਼ ਕਰਾਂਗੀ ਲੈਕਚਰਸ ਨੂੰ ਕੀ 20 ਤੋਂ 25 ਤੱਕ ਇਹ ਤੁਹਾਡਾ ਸਟੈਟਿਕ ਵਿੱਚ ਕਵਰ ਕਰਾ ਦਾਂ ਜੋ ਕਿ ਇਹ ਰਿਵਾਈਜ਼ ਕਰਨ ਜੀ ਤੁਹਾਨੂੰ ਹੈਲਪਫੁਲ ਰਹੇ ਹੁਣ ਆਪਾਂ ਡਿਸਕਸ ਕਰਦੇ ਕੁਐਸ਼ਨਸ ਨੂੰ ਪਹਿਲਾ ਕੁਐਸ਼ਨ ਕੀ ਹੈ ਸ਼੍ਰੀ ਰੰਗਨਾਥਮ ਸੁਆਮੀ ਟੈਂਪਲ ਇਜ਼ ਡੈਡੀਕੇਟਿਡ ਟੂ ਵਿਚ ਗੋਡ ਕਿਹੜਾ ਟੈਂਪਲ ਰੰਗਨਾਥਮ ਟੈਂਪਲ ਕਿੰ ਨੂੰ ਕਿਹੜੇ ਗੋਡ ਨੂੰ ਡੈਡੀਕੇਟਿਡ ਹੈ ਕਰਵਾਇ ਸੀ ਇਹ ਕਿਹੜੇ ਗੋਡ ਨੂੰ ਲੋਡ ਵਿਸ਼ਨੂ ਨੂੰ ਕਿਨੂੰ ਡੈਡੀਕੇਟਡ ਹੈ ਲੋਡ ਵਿਸ਼ਨੂ ਨੂੰ ਹੁਣ ਤੁਸੀਂ ਮੈਨੂੰ ਦੱਸਣਾ ਇਹ ਟੈਂਪਲ ਕਿੱਥੇ ਆਪਾਂ ਹੁਣੇ ਕੀ ਡਿਸਕਸ ਕਰਤਾ ਹੈ ਵਸ ਜਸਟ ਥੋੜੇ ਮਿੰਟ ਸੈਕਿੰਡਸ ਪਹਿਲੇ ਨੈਕਸਟ ਮੁੰਦੇਸ਼ਵਰ ਟੈਂਪਲ ਇਜ਼ ਲੋਕੇਟਿਡ ਇਨ ਵਿਚ ਡਿਸਟ੍ਰਿਕਟ ਆਫ ਬਿਹਾਰ ਇਹ ਕੁ ਮੈਂ ਕੀ ਕੁਐਸਚਨਸ ਤੁਹਾਨੂੰ 5 ਤੋਂ 6 ਹੀ ਕਰਾਵਾਂਗੀ ਇਹ ਸਿਰਫ ਤੁਹਾਨੂੰ ਦੱਸ ਦੇਣੇ ਟੈਂਪਲਸ ਉੱਤੇ ਕਿਸ ਟਾਈਪ ਦੇ ਕੁਐਸ਼ਨ ਆ ਸਕਦੇ ਨੇ ਠੀਕ ਹੈ ਕਿਸ ਟਾਈਪ ਦੇ ਕੁਐਸਚਨਸ ਕੀ ਆ ਸਕਦੇ ਨੇ ਮੁੰਦੇਸ਼ਵਰੀ ਟੈਂਪਲ ਕਿਹੜੇ ਡਿਸਟ੍ਰਿਕਟ ਵਿੱਚ ਲੋਕੇਟਿਡ ਹੈ ਹਾਂਜੀ ਕਿਹੜੇ ਡਿਸਟ੍ਰਿਕਟ ਵਿੱਚ ਲੋਕੇਟਿਡ ਹੈ ਮੁੰਦੇਸ਼ਵਰੀ ਟੈਂਪਲ ਏ ਬੀ ਸੀ ਡੀ ਕਿੱਥੇ ਬੀ ਆਪਸ਼ਨ ਥੈਟ ਇਜ਼ ਕਾਇਮੂਰ ਡਿਸਟ੍ਰਿਕਟ ਦੇ ਵਿੱਚ ਕੀ ਹੈ ਲੋਕੇਟਿਡ ਹੈ ਥਰਡ ਕੁਐਸਚਨ ਵੇਅਰ ਇਜ਼ ਖੁਜਰਾਓ ਟੈਂਪਲਸ ਲੋਕੇਟਿਡ ਖੁਜਰਾਓ ਟੈਂਪਲਸ ਕਿੱਥੇ ਲੋਕੇਟਿਡ ਹੈ ਉਹ ਜੈਨ ਮਹਾਰਾਸ਼ ਬਧਿਆਪ੍ਰਦੇਸ਼ ਦੇ ਵਿੱਚ ਛੱਤਰਪੁਰ ਮਧਿਆਪਦੇਸ਼ ਗੁਹਾਟੀ ਅਸਮ ਵਾਰਾਨਸੀ ਉੱਤਰ ਪ੍ਰਦੇਸ਼ ਇਹਨਾਂ ਦਾ ਪਤਾ ਹੈ ਨਾ ਖੁਜਰਾਓ ਟੈਂਪਲਸ ਮਧਿਆਪ੍ਰਦੇਸ਼ ਵਿੱਚ ਹੁਣ ਐ ਕਿੱਥੇ ਜਸਟ ਆਪਾਂ ਹੋਨੇ ਦਿੱਤਾ ਸੀ ਛਤਰਪੁਰ ਮੱਧ ਪ੍ਰਦੇਸ਼ ਦੇ ਵਿੱਚ ਉਸ ਤੋਂ ਬਾਅਦ ਵੇਅਰ ਇਜ਼ ਪਦਮਨ ਸੁਆਮੀ ਟੈਂਪਲ ਲੋਕੇਟਿਡ ਐਤ ਤਾਂ ਆਪਾਂ ਬਹੁਤ ਹੀ ਕਰ ਚੁੱਕੇ ਆਂ ਤ੍ਰਿਵੰਥਮਪੁਰਮ ਕੇਰਲਾ ਦੇ ਵਿੱਚ ਨੈਕਸਟ ਕੁਐਸਚਨ ਵੇਅਰ ਇਜ਼ ਤ੍ਰਿੰਕੇਸ਼ਵਰ ਟੈਂਪਲ ਲੋਕੇਟਿਡ ਹੁਣ ਤ੍ਰਿੰਕੇਸ਼ਵਰਨ ਟੈਂਪਲ ਕਿੱਥੇ ਲੋਕੇਟਿਡ ਹੈ ਕਿੱਥੇ ਲੋਕੇਟਿਡ ਹੈ 나ਸੀਕ ਮਹਾਰਾਸ਼ਟਰ ਦੇ ਵਿੱਚ ਕਿੱਥੇ ਲੋਕੇਟਿਡ ਹੈ ਬੀ ਆਪਸ਼ਨ ਕੀ ਆਪਣਾ ਬਿਲਕੁਲ ਕਰੈਕਟ ਹੈ ਤੁਸੀਂ ਵੀ ਫਟਾਫਟ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਆਪਣੀ ਕੇ ਰਵੀਜ਼ਨ ਦੀ ਮਾਈਂਡ ਕੈਪੈਸਿਟੀ ਨੂੰ ਕਿ ਇਨਕਰੀਸ ਕਰਨਾ ਹੈ ਥੇਅਰ ਇਜ਼ ਖਮਾਇਆ ਟੈਂਪਲ ਲੋਕੇਟਿਡ ਖਮਾਇਆ ਟੈਂਪਲ ਕਿੱਥੇ ਲੋਕੇਟਿਡ ਹੈ ਗੁਹਾਟੀ ਅਸਾਮ ਦੇ ਵਿੱਚ ਕਿੱਥੇ ਹੈ ਗੁਹਾਟੀ ਅਸਾਮ ਦੇ ਵਿੱਚ ਨੈਕਸਟ ਥੇਅਰ ਇਜ਼ ਬਦਰੀਨਾ ਟੈਂਪਲ ਲੋਕੇਟਿਡ ਹੁਣ ਐਕ ਸੇਮ ਕੁਐਸਚਨ ਆਪਾਂ ਨੂੰ 3rd ਕੇ 4th ਜਨਵਰੀ ਵਾਲੇ ਕਿਸੇ ਸ਼ਿਫਟ ਵਿੱਚ ਵੀ ਪੁੱਛਿਆ ਗਿਆ ਵੈ ਬਦਰੀਨਾ ਟੈਂਪਲ ਕਿੱਥੇ ਹੈਗਾ ਵੈ ਬਦਰੀਨਾ ਦਾ ਟੈਂਪਲ ਕਿੱਥੇ ਚਮੋਲੀ ਉਤਰਾਖੰਡ ਕੀ ਹੈ ਉਹਦਾ ਸਹੀ ਅਨਸਰ ਸੀ ਠੀਕ ਹੈ ਬਦਰੀਨਾਸ ਇੰਨਾ ਤਾਂ ਪਤਾ ਸੀ ਉਤਰਾਖੰਡ ਦੇ ਵਿੱਚ ਪਰ ਕਿੱਥੇ ਹੈ ਚਮੋਲੀ ਦੇ ਵਿੱਚ ਮਹਾਕਲੇਸ਼ਵਰ ਟੈਂਪਲ 8th ਕੁਐਸ਼ਨ ਕੀ ਹੈ ਮਹਾਕਲੇਸ਼ਵਰ ਟੈਂਪਲ ਕਿੱਥੇ ਹੈਗਾ ਆਪਣਾ ਕਿਹੜਾ ਟੈਂਪਲ ਮਹਾਕਲੇਸ਼ਵਰ ਟੈਂਪਲ ਕਿੱਥੇ ਹੈ ਉਜੇਨ ਮਧਿਆਪ੍ਰਦੇਸ਼ ਦੇ ਵਿੱਚ ਕਿੱਥੇ ਹੈ ਉਜੇਨ ਮਧਿਆਪ੍ਰਦੇਸ਼ ਦੇ ਵਿੱਚ ਤੁਸੀਂ ਮੈਨੂੰ 8 ਆਊਟ ਆਫ 10 ਦੱਸਣੇ ਆ ਤੁਸੀਂ ਕਿੰਨੇ ਕੁਐਸ਼ਨਸ ਟੈਂਪਲ ਦੇ ਕੀ ਹੈ ਸਹੀ ਦੱਸੇ ਨੇ ਠੀਕ ਹੈ ਬਹੁਤ ਜ਼ਰੂਰੀ ਹੈ ਤਾਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨਾ ਕੀ ਰਿਵਾਈਵ ਕਰ ਸਕਦੇ ਹੋ ਆਪਣੀ ਚੀਜ਼ਾਂ ਨੂੰ ਹੁਣ ਲੈਕਚਰ ਨੂੰ ਛੱਡਣਾ ਨਹੀਂ ਹੈ ਹੁਣ ਆਪਾਂ ਕੀ ਕਰਨ ਜਾ ਰਹੇ ਹਾਂ ਰਿਵੀਜ਼ਨ ਕੀ ਦੀ ਨੈਸ਼ਨਲ ਪਾਰਕ ਦੀ ਇੱਕ ਸਟੇਟ ਦੇ ਆਪਾਂ ਨੈਸ਼ਨਲ ਪਾਰਕ ਕੇ ਡਿਸਕਸ ਕਰਦੇ ਆਂ ਆਪਾਂ ਸਾਰਿਆਂ ਦਾ ਕੀਤਾ ਸੀ ਹੁਣ ਤਾਮਿਲਨਾਡੂ ਤਾਮਿਲਨਾਡੂ ਵਿੱਚ ਕਿੰਨੇ ਨੈਸ਼ਨਲ ਪਾਰਕ ਨੇ 5 ਨੈਸ਼ਨਲ ਪਾਰਕ ਨੇ ਪਹਿਲਾ ਤੋਂ ਥੋ ਆਜੋ ਅਨਾਮਲਾਈ ਮਧੂਮਲਾਈ ਯਾਦ ਆ ਗਿਆ ਅਨਾਮਲਾਈ ਫਰਫਰ ਲਿਖੋ ਅਨਾਮਲਾਈ ਐਂਡ ਮਧੂਮਲਾਈ ਇੱਥੇ ਨੇ ਤਮਿਲਨਾਡੂ ਵਿੱਚ ਅਨਾਮ ਲਾਈਨ ਹੋਰ ਕੀ ਕਿਹਾ ਜਾਂ ਕਿਹਾ ਜਾਂਦਾ ਵੈ ਇੰਦਰਾ ਗਾਂਧੀ ਨੈਸ਼ਨਲ ਪਾਰਕ ਹੋਰ ਕੀ ਕਿਹਾ ਜਾਂਦਾ ਇੰਦਰਾ ਗਾਂਧੀ ਨੈਸ਼ਨਲ ਪਾਰਕ ਉਸ ਤੋਂ ਬਾਅਦ ਕੀ ਹੈ ਆਪਣਾ ਗੁੰਡੀ ਨੈਸ਼ਨਲ ਪਾਰਕ ਠੀਕ ਹੈ ਜੀ ਫੋਰਥ ਕੀ ਹੈ ਆਪਣਾ ਕਲਫ ਆਫ ਕਿਹੜਾ ਵੈ ਕਲਫ ਆਫ ਮਨਾਰ ਮੈਰੀਨ ਨੈਸ਼ਨਲ ਪਾਰਕ ਤੇ ਲਾਸਟ ਕਿਹੜਾ ਸੀਗਾ ਮੁਕੂ ਮੁਗੁਰਤੀ ਨੈਸ਼ਨਲ ਪਾਰਕ ਆਪਣੇ ਕਿਸੇ ਪੰਜ ਨੈਸ਼ਨਲ ਪਾਰਕ ਸੇ ਤਮਿਲਨਾਡੂ ਦੇ ਦੁਬਾਰਾ ਰਿਵਾਈਜ਼ ਕਰ ਲੋ ਅਨਾਮਲਈ ਮਦੂਮਲਈ ਤਮਿਲਨਾਡੂ ਵਿੱਚ ਕੁੰਡੀ ਨੈਸ਼ਨਲ ਪਾਰਕ ਦੈਟ ਇਜ਼ ਜੀ ਯੂ ਆਈ ਐਨ ਡੀ ਆਈ ਉਸ ਵਕ ਗਲਫ ਆਫ ਮਨਾਰ ਮਰਾਈਨ ਐਂਡ ਲਾਸਟ ਇਸ ਮੁਗੁਰਤੀ ਨੈਸ਼ਨਲ ਪਾਰਕ ਐਗਜ਼ਾਮ ਵਿੱਚ ਵੈਸੇ ਅਨਾਮਲਈ ਮਦੂਮਲਈ ਹੀ ਆਂਦਾ ਠੀਕ ਹੈ ਪਰ ਅਗਰ ਪੇਪਰ ਸ਼ਿਫਟ ਸਵਿਚ ਹੋ ਸਕਦਾ ਹੈ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜਿਹੜਾ ਆ ਸਕਦਾ ਇਸ ਲਈ ਆਪਾਂ ਕੀ ਪੰਜੋ ਰਿਵਾਈਜ਼ ਹੋ ਗਏ ਤਮਿਲਨਾਡੂ ਦੇ ਪੰਜੋ ਤੇ ਪੰਜੋ ਨੈਸ਼ਨਲ ਪਾਰਕ ਕਲੀਅਰ ਹੋ ਗਿਆ Delhi National Park ਹੁਣ ਹੁਣ ਆਪਣੇ ਕੀ ਹੋਗੇ ਆਪਾਂ Delhi National Park ਤੇ Delhi ਮੈਂ ਤੁਹਾਨੂੰ 5 ਟੈਂਪਲਸ ਸਾਰੇ ਇੰਪੋਰਟੈਂਟ ਟੈਂਪਲਸ ਰਿਵਾਈਜ਼ ਕਰਾਵਾਂਗੇ ਠੀਕ ਹੈ Delhi National Park ਤੇ Delhi ਆਪਾਂ 5 ਟੈਂਪਲਸ ਵੀ ਕੀਏ ਰਿਵਾਈਜ਼ ਕਰਾਂਗੇ ਹੁਣ ਇਸ ਤਰ੍ਹਾਂ ਕੀ ਹੈ ਜਦ ਤੱਕ ਆਪਣਾ ਕ੍ਰੈਸ਼ ਕੋਰਸ ਚੱਲੇਗਾ ਹਰ ਚੀਜ਼ ਦੀ ਕੀ ਰਿਵੀਜ਼ਨ ਹੁੰਦੀ ਜਾਏਗੀ ਫਿਰ ਆਪਾਂ ਕੀ ਹੈ ਜਦੋਂ ਆਪਾਂ ਬਹੁਤ ਕੁਝ ਕਵਰ ਕਰ ਲਾਂਗੇ ਸਟੈਟਿਕ ਦਾ ਸਿਰਫ 50 ਕੁਐਸ਼ਨਸ ਦਾ ਕੀ ਆਪਾਂ 50 ਨਹੀਂ 20 ਕੁਐਸ਼ਨਸ ਦਾ ਹੀ ਆਪਾਂ ਕੀ ਟੈਸਟ ਲੈ ਕੇ ਆਵਾਂਗੇ ਤੁਹਾਡੇ ਲਈ ਉਹਦੇ ਵਿੱਚ ਆਪਾਂ ਕਰੰਟ ਅਫੇਅਰਸ ਵੀ ਇਨਕਲੂਡ ਕਰਾਂਗੇ ਕਲੀਅਰ ਅੱਛਾ ਲੱਗਿਆ ਇਹ ਚੀਜ਼ ਤੁਹਾਡੇ ਲਈ ਸਿਰਫ ਤੇ ਸਿਰਫ ਗਿਲਜ਼ ਮੈਂਟਰ ਤੁਹਾਡੇ ਲਈ ਲੈ ਕੇ ਆ ਰਿਹਾ ਵੈ ਐਫਰਟ ਅਸੀਂ ਪੂਰੀ ਟੀਮ ਤੁਹਾਡੇ ਲਈ ਪਾ ਰਹੇ ਹਾਂ ਤੁਸੀਂ ਤੁਹਾਡਾ ਕੀ ਸਿਰਫ ਲੈਕਚਰਸ ਨੂੰ ਪਸੰਦ ਕਰਨਾ ਲੈਕਚਰਸ ਨੂੰ ਤੁਹਾਨੂੰ ਯਾਦ ਕਰਨਾ ਹੈ ਰਿਵੀਜ਼ਨ ਨਾਲ ठीक है लाइक करना है शेयर करना है ताकि वो हर दोस्त तक की पहुंच सके जिता की है जो पेड कोचिंग नहीं ले सकते ठीक है जी लैक्चर पसंद आया लाइक करना वे शेयर करना वो आपने नैक्सट लैक्चर के